ਇੱਕ ਖਤਰਨਾਕ ਗੈਂਗਸਟਰ ਦੇ ਢਿੱਡ ਦੇ ਵਿੱਚ ਪੀੜਾਂ ਉੱਠੀਆਂ, ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਚੈੱਕਅਪ ਦੇ ਲਈ ਲਿਆਂਦਾ ਗਿਆ। ਦੱਸਦੇ ਕਿ ਸਖਤ ਸੁਰੱਖਿਆ ਦੇ ਹੇਠ ਇਸ ਗੈਂਗਸਟਰ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਹਸਪੀਟਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਇਸ ਦਾ ਚੈੱਕਅਪ ਕਰਵਾਇਆ ਗਿਆ। ਦੱਸਦੇ ਕਿ ਭੁੱਖ ਹੜਤਾਲ ਦੇ ਕਾਰਨ ਇਸ ਦੇ ਢਿੱਡ ਦੇ ਵਿੱਚ ਦਰਦ ਉੱਠਿਆ ਔਰ ਅਚਾਨਕ ਇਸ ਦੀ ਸਿਹਤ ਵਿਗੜ ਗਈ। ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਇਹ ਖਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ, ਜਿਸ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਔਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਭੁੱਖ ਹੜਤਾਲ ਤੇ ਬੈਠਾ ਸੀ ਤਾਂ ਅਚਾਨਕ ਇਸ ਦੇ ਢਿੱਡ ਦੇ ਵਿੱਚ ਦਰਦ ਉੱਠੀ ਔਰ ਪੁਲਿਸ ਦੇ ਮੁਲਾਜ਼ਮ ਇਸ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਨੇ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਸਖਤ ਸੁਰੱਖਿਆ ਦੇ ਹੇਠ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਬਠਿੰਡਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਚੈੱਕਅਪ ਦੇ ਲਈ ਲਿਆਂਦਾ ਗਿਆ। ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠਾ ਹੋਇਆ ਸੀ, ਅਚਾਨਕ ਢਿੱਡ ਦੇ ਵਿੱਚ ਦਰਦ ਉੱਠੀ, ਜਿਸ ਤੋਂ ਬਾਅਦ ਇਸ ਨੂੰ ਸਿਵਲ ਹਸਪੀਟਲ ਦੇ ਵਿੱਚ ਚੈੱਕਅਪ ਦੇ ਲਈ ਲਿਆਂਦਾ ਗਿਆ। ਉਹ ਜੇਲ੍ਹ ਦੇ ਵਿੱਚ ਕੈਦੀ ਨੂੰ ਲੈ ਕੇ ਆਏ ਸੀਗੇ ਤੇ ਉਹਨੂੰ ਕੁਛ ਪੇਟ ਦਰਦ ਦੀ ਤੇ ਕੋਈ ਲੂਜ਼ ਮੋਸ਼ਨ ਦੀ ਕੰਪਲੇਂਟ ਸੀਗੀ। ਉਹਦੇ ਲਈ ਉਹਦੇ ਟੈਸਟ ਕਰਕੇ ਉਹਨੂੰ ਦਵਾਈ ਦਿੱਤੀ। ਕਿਸ ਨਾਮ ਦੇ ਸਾਥ ਹੋਇਆ? ਹਾਂਜੀ, ਗੁਰਪ੍ਰੀਤ ਸਿੰਘ ਸੀ ਨਾਮ। ਹਾਂ, ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਭੁੱਖ ਹੜਤਾਲ 'ਤੇ ਸੀਗੇ ਜੇਲ੍ਹ ਦੇ ਵਿੱਚ ਅਤੇ ਉਹਨਾਂ ਨੇ ਕੱਲ੍ਹ ਹੀ ਸ਼ਾਇਦ ਤੋੜੀ ਹੈ ਭੁੱਖ ਹੜਤਾਲ। ਉਸ ਤੋਂ ਬਾਅਦ ਉਹਨਾਂ ਨੇ ਟੈਸਟ ਕੀਤੇ ਗਏ ਸੀਗੇ ਅਤੇ ਉਦੋਂ ਬਾਅਦ ਉਹਨਾਂ ਦੀ ਕੰਪਲੇਂਟ ਦੇ ਸਾਰ ਨਾਲ ਦਵਾਈ ਦਿੱਤੀ ਗਈ। ਪ੍ਰੋਬਲਮ ਹੈਗੀ ਸਰ? ਟੈਸਟ ਲਗਭਗ ਠੀਕ ਸੀਗੇ ਉਹਦੇ, ਪਰ ਕਈ ਵਾਰੀ ਟੈਸਟਾਂ ਦੇ ਠੀਕ ਹੋਣ ਕਰਕੇ ਪ੍ਰੋਬਲਮ ਆ ਜਾਂਦੀ, ਇਸ ਕਰਕੇ ਉਹ ਜੋ ਦਵਾਈ ਬਣਦੀ ਸੀ ਉਹ ਆਪਾਂ ਪਾਤੀ, ਇੱਕ ਵਾਰੀ ਦੁਬਾਰਾ ਦੇਖਿਆ ਜਾਵੇ। ਸਰ, ਜਿਸ ਤਰ੍ਹਾਂ ਤਬੀਅਤ ਖਰਾਬ ਹੋਈ ਹੈ, ਵੀ ਪਤਾ ਕਿਤਾ ਕਿ ਪਕੜ ਦਾ ਉਹਦੇ ਕਾਰਨ ਹੀ ਹੋਇਆ ਜੀ? ਇਹ ਵੀ ਇੱਕ ਕਾਰਨ ਹੋ ਸਕਦਾ ਹੈਗਾ, ਬਾਕੀ ਰੂਟੀਨ ਦੇ ਵਿੱਚ ਵੀ ਹੋ ਜਾਂਦਾ ਹੁੰਦਾ ਹੈ ਉਹਦੇ ਕਰਕੇ, ਕਿਉਂਕਿ ਇੰਨੇ ਦਿਨ ਜੇ ਨਹੀਂ ਖਾਧਾ ਤਾਂ ਉਸ ਕਰਕੇ ਵੀ ਕੁਛ ਪ੍ਰੋਬਲਮ ਆ ਜਾਂਦੀ ਹੈ। ਤਬੀਅਤ ਖਰਾਬ ਹੋਣ ਦਾ ਮੇਨ ਕਾਰਨ ਤਾਂ ਨਹੀਂ, ਕੁਛ ਕਹਿ ਨਹੀਂ ਸਕਦੇ, ਲੂਜ਼ ਮੋਸ਼ਨ ਹੈ ਜਿਵੇਂ, ਠੀਕ ਹੈ, ਠੰਡ ਕਰਕੇ ਵੀ ਹੋ ਜਾਂਦਾ ਹੈ, ਕੁਛ ਖਾਣ ਪੀਣ ਕਰਕੇ ਵੀ ਹੋ ਜਾਂਦਾ ਹੈ। ਕੱਲ੍ਹ ਸਟਾਰਟ ਕੀਤਾ ਖਾਣਾ, ਉਸ ਤੋਂ ਬਾਅਦ ਹੀ ਪ੍ਰੋਬਲਮ ਆਈ ਹੈ, ਸ਼ਾਇਦ ਕੁਛ ਖਾਣ ਕਰਕੇ ਵੀ ਆ ਸਕਦੀ ਹੈ ਜਾਂ ਵੈਸੇ ਕੋਈ ਇਨਫੈਕਸ਼ਨ ਹੋ ਸਕਦੀ ਹੈ। ਉਹਨੂੰ ਵਾਪਸ ਭੇਜਤਾ। ਇੱਕ ਖਤਰਨਾਕ ਗੈਂਗਸਟਰ ਦੇ ਢਿੱਡ ਦੇ ਵਿੱਚ ਪੀੜਾਂ ਉੱਠੀਆਂ, ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਚੈੱਕਅਪ ਦੇ ਲਈ ਲਿਆਂਦਾ ਗਿਆ। ਦੱਸਦੇ ਕਿ ਸਖਤ ਸੁਰੱਖਿਆ ਦੇ ਹੇਠ ਇਸ ਗੈਂਗਸਟਰ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਹਸਪੀਟਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਇਸ ਦਾ ਚੈੱਕਅਪ ਕਰਵਾਇਆ ਗਿਆ। ਦੱਸਦੇ ਕਿ ਭੁੱਖ ਹੜਤਾਲ ਦੇ ਕਾਰਨ ਇਸ ਦੇ ਢਿੱਡ ਦੇ ਵਿੱਚ ਦਰਦ ਉੱਠਿਆ ਔਰ ਅਚਾਨਕ ਇਸ ਦੀ ਸਿਹਤ ਵਿਗੜ ਗਈ। ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਇਹ ਖਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ, ਜਿਸ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਔਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਭੁੱਖ ਹੜਤਾਲ ਤੇ ਬੈਠਾ ਸੀ ਤਾਂ ਅਚਾਨਕ ਇਸ ਦੇ ਢਿੱਡ ਦੇ ਵਿੱਚ ਦਰਦ ਉੱਠੀ ਔਰ ਪੁਲਿਸ ਦੇ ਮੁਲਾਜ਼ਮ ਇਸ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਨੇ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਸਖਤ ਸੁਰੱਖਿਆ ਦੇ ਹੇਠ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਬਠਿੰਡਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਚੈੱਕਅਪ ਦੇ ਲਈ ਲਿਆਂਦਾ ਗਿਆ। ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠਾ ਹੋਇਆ ਸੀ, ਅਚਾਨਕ ਢਿੱਡ ਦੇ ਵਿੱਚ ਦਰਦ ਉੱਠੀ, ਜਿਸ ਤੋਂ ਬਾਅਦ ਇਸ ਨੂੰ ਸਿਵਲ ਹਸਪੀਟਲ ਦੇ ਵਿੱਚ ਚੈੱਕਅਪ ਦੇ ਲਈ ਲਿਆਂਦਾ ਗਿਆ। ਉਹ ਜੇਲ੍ਹ ਦੇ ਵਿੱਚ ਕੈਦੀ ਨੂੰ ਲੈ ਕੇ ਆਏ ਸੀਗੇ ਤੇ ਉਹਨੂੰ ਕੁਛ ਪੇਟ ਦਰਦ ਦੀ ਤੇ ਕੋਈ ਲੂਜ਼ ਮੋਸ਼ਨ ਦੀ ਕੰਪਲੇਂਟ ਸੀਗੀ। ਉਹਦੇ ਲਈ ਉਹਦੇ ਟੈਸਟ ਕਰਕੇ ਉਹਨੂੰ ਦਵਾਈ ਦਿੱਤੀ। ਕਿਸ ਨਾਮ ਦੇ ਸਾਥ ਹੋਇਆ? ਹਾਂਜੀ, ਗੁਰਪ੍ਰੀਤ ਸਿੰਘ ਸੀ ਨਾਮ। ਹਾਂ, ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਭੁੱਖ ਹੜਤਾਲ 'ਤੇ ਸੀਗੇ ਜੇਲ੍ਹ ਦੇ ਵਿੱਚ ਅਤੇ ਉਹਨਾਂ ਨੇ ਕੱਲ੍ਹ ਹੀ ਸ਼ਾਇਦ ਤੋੜੀ ਹੈ ਭੁੱਖ ਹੜਤਾਲ। ਉਸ ਤੋਂ ਬਾਅਦ ਉਹਨਾਂ ਨੇ ਟੈਸਟ ਕੀਤੇ ਗਏ ਸੀਗੇ ਅਤੇ ਉਦੋਂ ਬਾਅਦ ਉਹਨਾਂ ਦੀ ਕੰਪਲੇਂਟ ਦੇ ਸਾਰਾ ਦਵਾਈ ਦਿੱਤੀ ਗਈ। ਪ੍ਰੋਬਲਮ ਹੈਗੀ ਸਰ?
ਟੈਸਟ ਲਗਭਗ ਠੀਕ ਸੀਗੇ ਉਹਦੇ, ਪਰ ਕਈ ਵਾਰੀ ਟੈਸਟਾਂ ਦੇ ਠੀਕ ਹੋਣ ਕਰਕੇ ਪ੍ਰੋਬਲਮ ਆ ਜਾਂਦੀ, ਇਸ ਕਰਕੇ ਉਹ ਜੋ ਦਵਾਈ ਬਣਦੀ ਸੀ ਉਹ ਆਪਾਂ ਪਾਤੀ, ਇੱਕ ਵਾਰੀ ਦੁਬਾਰਾ ਦੇਖਿਆ ਜਾਵੇ। ਸਰ ਜਿਸ ਤਰ੍ਹਾਂ ਤਬੀਅਤ ਖਰਾਬ ਹੋਈ ਹੈ, ਵੀ ਖਾਤਾ ਪਿਤਾ ਦੀ ਪਕੜ ਦਾ ਉਹਦੇ ਕਾਰਨ ਹੀ ਹੋਇਆ ਜੀ? ਇਹ ਵੀ ਇੱਕ ਕਾਰਨ ਹੋ ਸਕਦਾ ਹੈਗਾ, ਬਾਕੀ ਰੂਟੀਨ ਦੇ ਵਿੱਚ ਵੀ ਹੋ ਜਾਂਦਾ ਹੁੰਦਾ ਹੈ ਉਹਦੇ ਕਰਕੇ, ਕਿਉਂਕਿ ਇੰਨੇ ਇੰਨੇ ਦਿਨ ਜੇ ਨਹੀਂ ਖਾਧਾ ਤਾਂ ਉਸ ਕਰਕੇ ਵੀ ਕੁਛ ਪ੍ਰੋਬਲਮ ਆ ਜਾਂਦੀ ਹੈ। ਤਬੀਅਤ ਖਰਾਬ ਹੋਣ ਦਾ ਮੇਨ ਕਾਰਨ ਤਾਂ ਨਹੀਂ, ਕੁਛ ਕਹਿ ਨਹੀਂ ਸਕਦੇ, ਲੂਜ਼ ਮੋਸ਼ਨ ਹੈ ਜਿਵੇਂ, ਠੀਕ ਹੈ, ਇਹ ਠੰਡ ਕਰਕੇ ਵੀ ਹੋ ਜਾਂਦਾ ਹੈ, ਕੁਛ ਖਾਣ ਪੀਣ ਕਰਕੇ ਵੀ ਹੋ ਜਾਂਦਾ ਹੈ। ਕੱਲ ਸਟਾਰਟ ਕੀਤਾ ਖਾਣਾ, ਉਸ ਤੋਂ ਬਾਅਦ ਹੀ ਪ੍ਰੋਬਲਮ ਆਈ ਹੈ, ਸ਼ਾਇਦ ਕੁਛ ਖਾਣ ਕਰਕੇ ਵੀ ਆ ਸਕਦੀ ਹੈ ਜਾਂ ਵੈਸੇ ਕੋਈ ਇਨਫੈਕਸ਼ਨ ਹੋ ਸਕਦੀ ਹੈ। ਦਾਖਲ ਕੀਤਾ ਹੈ, ਹੁਣ ਵਾਪਸ ਜੇਲ੍ਹ ਨੇ ਉਹਨੂੰ ਵਾਪਸ ਭੇਜਤਾ।